ਬਈ ਐਂ ਲੱਗ ਰਿਹਾ ਸੱਚੀ ਦੱਸਾਂ ਤਾਂ ਪਿੱਛੇ ਮਤਲਬ ਸੁਣ ਕੇ ਨਾ ਕਿ ਜਿਵੇਂ ਅਖਾੜਾ ਲੱਗਿਆ ਹੁੰਦਾ ਅਤੇ ਹੁਣ ਇੱਦਾਂ ਕਰਦਾ ਆਪਾਂ ਛੇਤੀ ਜੱਜਿਸ ਤੋਂ ਪੁੱਛ ਲੈਂਦੇ ਹਾਂ ਕਿ ਉਹਨਾਂ ਨੂੰ ਵੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੀਗਾ। ਸਚਿਨ ਭਾਅ ਜੀ ਤੁਸੀਂ ਦੱਸ ਦਿਓ ਜੀ ਪਹਿਲਾਂ। ਬਾਬੂ ਸਿੰਘ ਹਾਂਜੀ ਸਰ, ਮੈਂ ਬਹੁਤ ਡਿਸਅਪੁਆਇੰਟ ਹੋਇਆ ਤੁਹਾਡੇ ਤੋਂ। ਤੁਸੀਂ ਆਡੀਸ਼ਨਸ 'ਚ ਹੀ ਇਕੱਲਾ ਅੱਛਾ ਗਾਇਆ ਸੀ, ਮੈਗਾ ਆਡੀਸ਼ਨ 'ਚ ਵੀ ਤੁਸੀਂ ਐਵਰੇਜ ਸੀ, ਫਿਰ ਵੀ ਅਸੀਂ ਸੋਚਿਆ ਤੁਹਾਨੂੰ ਮੌਕਾ ਦਿੱਤਾ ਜਾਏ। ਬਟ ਮੈਨੂੰ ਅੱਜ ਇਹ ਲੱਗ ਰਿਹਾ ਕਿ ਅਸੀਂ ਤੁਹਾਡੀ ਜਗ੍ਹਾ ਕਿਸੇ ਹੋਰ ਨੂੰ ਮੌਕਾ ਦਿੰਦੇ ਤਾਂ ਸ਼ਾਇਦ ਉਹ ਜ਼ਿਆਦਾ ਵਧੀਆ ਰਹਿੰਦਾ। ਸੋਰੀ। ਸ਼ਾਜ਼ੀਆ ਜੀ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਹੈ ਕਿ ਐਡਾ ਵੱਡਾ ਕਲਾਮ ਗਾਉਣ ਲੱਗਿਆ ਥੋੜ੍ਹਾ ਜਿਹਾ ਗੌਰ ਜ਼ਰੂਰ ਕਰਿਆ ਕਰੋ, ਇਹ ਬਜ਼ੁਰਗਾਂ ਨੇ ਦੀਨ ਦਾ ਕਲਾਮ ਹੈ। ਦੂਸਰੀ ਗੱਲ ਬੇਟਾ, ਬਿਖਰਿਆ ਗਾਣਾ, ਕਦੇ ਇੱਧਰ ਜਾ ਰਿਹਾ ਕਦੇ ਉੱਧਰ ਜਾ ਰਿਹਾ, ਕੋਈ ਇਨਕੰਪਲੀਟ ਸੌਂਗ ਨਹੀਂ ਹੁੰਦਾ। ਜਿਵੇਂ ਥੋੜ੍ਹਾ ਜਿੰਨਾ ਗਾਣੇ 'ਤੇ ਪਲੀਜ਼ ਗੌਰ ਕਰੋ। ਬਾਕੀ ਹੈ ਕਿ ਜਿਨ੍ਹਾਂ ਦਾ ਤੂੰ ਕਲਾਮ ਗਾਇਆ ਮੈਂ ਦੁਆ ਕਰਾਂਗੀ ਉਹਨਾਂ ਅੱਗੇ ਵੀ ਅਰਜ਼ ਲਾਵਾਂਗੀ ਕਿ ਤੇਰੇ 'ਤੇ ਨਜ਼ਰ ਕਰਨ। ਥੈਂਕ ਯੂ। ਕੀ ਬਾਤ ਹੈ। ਸਲੀਮ ਭਾਅ ਜੀ ਕੀ ਕਹਿਣਾ ਚਾਹੋਗੇ? ਮਿਰਜ਼ਾ ਜੋਸ਼ੀਲਾ ਗਾਣਾ ਹੁੰਦਾ ਹੈ। ਰੱਖੀ ਜਰਾ ਸੁਰ ਰੱਖੀ ਬੇਟਾ, ਇਹੀ ਸੁਰ ਰੱਖੀ। ਇਹ 'ਚ ਤਿੰਨ ਧਾ ਮੁੱਕਦੀਆਂ ਐਂਡ 'ਤੇ, ਉਹ ਇੱਕ ਵਾਰੀ ਵੀ ਨਹੀਂ ਮੁਕਾਈ ਤੂੰ। ਤਿੰਨ ਜਿੰਨਾ ਚਿਰ ਨਾ ਮੁੱਕਣਾ ਇਹਦੇ ਇਸ ਬੀਟ ਦੇ ਉਹਨਾਂ ਚਿਰ ਸਵਾਦ ਹੀ ਨਹੀਂ ਆਉਂਦਾ। ਜੋ ਮਰਜ਼ੀ ਕਰ ਲਾ, ਪੂਰੀ ਦੁਨੀਆ ਨੂੰ ਵੇਟ ਹੁੰਦੀ ਇਹ ਆ ਇਹ ਆ ਇਹ ਆ ਹੁੰਦੀ ਵੇਟ ਕੇ ਨਹੀਂ ਭਾਅ ਜੀ? ਬਿਲਕੁਲ, ਕਿਉਂਕਿ ਇਹ 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 ਸਾਡੀਆਂ ਜਾਨਾਂ ਨੇ ਇਹ ਕਲਾਮ ਜਿਹੜੇ ਨੇ। ਪਰ ਸਲੀਮ ਜੀ ਗੱਲ ਇਹ ਆ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਰਿਦਮ ਦੀ, ਰਿਦਮ ਇਸ ਕਰਕੇ ਨਹੀਂ ਉਹ ਰੱਖਿਆ ਗਿਆ ਕਿਉਂਕਿ ਕਿਤੇ ਨਾ ਕਿਤੇ ਉਹ ਪ੍ਰੋਬਲਮ ਆਉਂਦੀ ਸੀ ਅੱਗੇ ਉਠਾਉਣ ਦੀ। ਅੱਛਾ ਜੀ। ਅਤੇ ਇਸ ਕਰਕੇ ਅਸੀਂ ਕਿਹਾ ਓਕੇ ਇੱਕ ਪਿਕਅਪ ਨਾਲ ਆਪਾਂ ਰੱਖ ਲੈਂਦੇ ਹਾਂ, ਉਹ ਟੈਕਨੀਕਲ ਗੱਲ ਹੈਗੀ ਆ, ਤੁਸੀਂ ਸਮਝਦੇ ਹੋ। ਖੈਰ ਸੋਚ ਸਮਝ ਕੇ ਗਾਇਆ ਕਰੋ, ਜਿਹੜੇ ਤੁਹਾਡੇ ਮੈਂਟਰ ਗੱਲਾਂ ਕਹਿੰਦੇ ਨੇ ਕਿੱਟੂ ਭਾਅ ਜੀ, ਉਹਨਾਂ 'ਤੇ ਵੀ ਗੌਰ ਕਰਿਆ ਕਰੋ ਯਾਰ। ਮੈਨੂੰ ਇਸ ਕਰਕੇ ਜ਼ਿਆਦਾ ਦੁੱਖ ਲੱਗ ਰਿਹਾ ਕਿ ਸਾਡਾ ਪੰਜਾਬ ਹੈ, ਵੋਇਸ ਆਫ ਪੰਜਾਬ ਹੈ, ਅਤੇ ਵੋਇਸ ਆਫ ਪੰਜਾਬ ਵਿੱਚ ਪੰਜਾਬ ਨਾਲ ਰਿਲੇਟਿਡ ਚੀਜ਼ ਨੂੰ ਉਹਦੇ ਸਹੀ ਢੰਗ ਨਾਲ ਨਹੀਂ ਗਾਇਆ ਜਾ ਰਿਹਾ, ਇਸ ਗੱਲ ਦਾ ਦੁੱਖ ਹੈ। ਥੈਂਕ ਯੂ। ਬਹੁਤ ਖੂਬ, ਥੈਂਕ ਯੂ ਸੋ ਮਚ ਜੱਜਿਸ। ਦੇਖਿਆ ਮਿੱਤਰਾ, ਇੱਥੋਂ ਪਤਾ ਲੱਗਦਾ ਕਿ ਜਿਹੜਾ ਮੇਰੇ ਵਰਗਾ ਸੁਣਨ ਵਾਲਾ ਭੰਗੜੇ ਦਾ ਪਾਲੂਗਾ, ਪਰ ਜਿਹੜੀਆਂ ਬਾਰੀਕੀਆਂ ਨੇ ਇੱਥੋਂ ਸਿੱਖਣ ਨੂੰ ਮਿਲੀਆਂ ਨੇ, ਇਹ ਜ਼ਿੰਦਗੀ ਨੂੰ ਮਤਲਬ ਤਾਰ ਦੇਣਗੀਆਂ ਅੱਗੇ ਤੱਕ। ਠੀਕ ਹੈ ਜੀ, ਖਿਆਲ ਰੱਖਿਓ, ਆਲ ਦਾ ਬੈਸਟ ਅੱਗੇ ਲਈ।